ਕਿੱਦਾਂ ਮੈਂ ਜੇ ਪੈਰ ਕਿੱਦਾਂ ਰੱਖੀ ਸੱਪ ਦੇ ਰੱਖ ਮਾੜਾ ਜਾ ਤੇ ਹੜੀ ਘੁੰਮਦੀ दूर हो गया तू रस्सी लंबी आप कुटे हुई है थोड़ी थोड़ी चक लगी सियार दो दो फंटा करे मैं तेन देख ला भी तू क्या देखदा तू देखदा तवी पिछे तवी ना देखी दा टायर देख मूहे अच्छा हां टायर सही चला तवी तो लगी हुई नेड़े कर तू एक काम हुणे कल नूं इहनूं बणाउणा पैणा उहदा ना जगाड़ जा खोल तू पत्ती ला के उरे आवे उरे कुंडा होवे जिकड़ा अपनी दूई ड्रेले नूं है मूहरे फिर मूहरे रस्सी पे बई दे ठीक है ना एक ही दे पिछे फाला बनाउणा पैणा छोटा जिहड़ी ये होर खुल जूगी माड़ी माड़ी होर खोल लूंगी नाल नाल इहनूं माड़िया खोलती है जगह रहनी है इतने फाली बना लवे इतने जिहड़ी आ चीज पट्टे पिछे विचाले वाली जगाड़ लोट है बाकी देखदे आ हुण लगे तां सोहणा है कम हले रस्सी छोटी है हुण उत्थे जे कुंडा हुंदा रस्सी फिर लंबाई पूरी हो जांदी इहदी हुण रस्सी छोटी है और कोई चक्कर नहीं हैगा होर सब कुछ ठीक है बाकी देखदे हुण हत्थ टिके लगना बाकी पता है तां लोट आ सब दा कटाई तां वधिया करदा थल दी है मिट्टी नूं इह उहदे नाल ठीक है हैं फाली नाल ठीक है फाली जोर नहीं लगदा इहनूं थोड़ा पार चाहिदे ते उपर रखणे ਭਾਰ ਵੀ ਅਸੀਂ ਤਾਂ ਭਜਨ ਦੇ ਲਾ ਜਿੰਨਾ ਮਰਜ਼ੀ ਦੇ ਲੈ ਪਰ ਭਜਨ ਦੇ ਲਾ ਜੇ ਮੂਹਰੇ ਕੁੰਡਾ ਹੋਵੇ ਹੁਣ ਜੇ ਭਜਨ ਦਿੰਦੇ ਆ ਤਾਂ ਮੂਹਰਾ ਟੈਚ ਹੁੰਦਾ ਫਿਰ ਸਮਝਿਆ ਲਿਆ ਅਸਲ ਤੇ ਇੱਕ ਬੰਦੇ ਵਾਸਤੇ ਹੋਇਆ ਇਹ ਮੂਹਰੇ ਖਿੱਚੇ ਲੋੜ ਨਹੀਂ ਗੀ ਇਹਨੂੰ ਜਿਹੜਾ ਆ ਨਾਟ ਸਿਰੇ ਹੀ ਚਾਹੀਦਾ ਤਾਂ ਵੈਸੇ ਆ ਹਸਵੀਰ ਆ ਨਾਟ ਉੱਪਲੀ ਗਲੀ ਮੈਂ ਚਾਹੀਦਾ ਤਾਂ ਹੈਗੀਆਂ ਚਾਬੀਆਂ ਲਿਆ ਉੱਪਲੀ ਗਲੀ ਵੀ ਪਾ ਇਹਨੂੰ ਚਾਬੀਆਂ ਝੋਲ ਚ ਪਾ ਦੇਣਾ ਤੈਨੂੰ ਮੈਨੂੰ ਨਹੀਂ ਪਤਾ ਹੈਗਾ ਤੈਨੂੰ ਪਤਾ ਹੋਊਗਾ ਹੇਠਾਂ ਕਰਿਆ ਇਹ ਕਿਆ ਉਪਲੀ ਪੈਣਾ ਹੇਠਾਂ ਜੇ ਹੁਣ ਤਾਂ ਹੀ ਮੂਰੇ ਤੇ ਚੱਕ ਹੁੰਦਾ ਚਾਹੀ ਚੱਕ ਹੁੰਦਾ ਹਾਂ ਉਹ ਨਾਟ ਦੇ ਉੱਪਰ ਪੈਣਾ ਇੱਕ ਹੋਰ ਕੰਮ ਕਰਨਾ ਇਹਨੇ ਜਿਹੜੇ ਡੈਮੋ ਜੱਲੂ ਵਾਲੇ ਜਿਹੜੇ ਇਹਦੇ ਆ ਨਾਟ ਹੈ ਨਾ ਆ ਪੱਤੀ ਥੋੜੀ ਥੋੜੀ ਬਾਹਰ ਨਿਕਲ ਵੇ ਇੱਕ ਸਿਆੜ ਨਾਲੇ ਸਿਰੇ ਕਰ ਲੱਜਣੇ ਨੇ ਗੱਬੇ ਫਾਲੀ ਲਵਾ ਦਈਏ ਗੱਬੇ ਇੱਕ ਫਾਲਾ ਲਾ ਦੇਣਾ ਬਸ ਫਾਲੀ ਕਿ ਫਾਲੀ ਚਾਹੀਦੀ ਆ ਬਸ ਉਹ ਜੇ ਦੂਈ ਫਾਲੀ ਜੀ ਜੀ ਉਹ ਹਾਂ ਉਹਦਾ ਵੀ ਛੋਟੀ ਬਣਾ ਲਵੇ ਉਹ ਤਾਂ ਚੱਲ ਉਹਨੇ ਬਣਾ ਦੇਣਾ ਦੇ ਬਣਾਉਂਗੇ ਕੱਲ ਨੂੰ ਇਹੀ ਜੀ ਜਗਾੜ ਬਣਾਈਦਾ ਪਹਿਲਾਂ ਠੀਕ ਆ मुल मोड़ जी बस ऐतकी दा
ਦਾ 4000 ਲਾਇਆ ਸੱਚ ਹੋ ਜੂਗਾ ਬੰਦਾ ਹੈ ਤਾਂ ਕੋਈ ਬਹੁਤਾ ਮਹਿੰਗਾ ਨਹੀਂ ਪਰ ਜੈਕਟ ਇਹ ਜੇ ਲੋਟ ਆ ਜਾਵੇ ਮਹਿੰਗਾ ਤਾਂ ਨਹੀਂ ਕਰਨਾ ਪੈਣਾ ਸੱਚ ਇਹ ਥੋੜਾ ਜਿਹਾ ਕਰਨਾ ਪੈਣਾ ਤੇ ਆਪ ਦਿਮਾਗ ਲਾਉਣਾ ਪੈਣਾ ਇਹਦੇ ਵਿੱਚ ਹੈ ਵਧੀਆ ਉਹ ਪ੍ਰੋਜੈਕਟ ਬਣਾਇਆ ਫਿਰ ਤਾਂ ਆਪਣੀ ਕਾਰਾਗਰੀ ਵੀ ਨਾ ਕਿਆ ਕਰੀ ਜਾਂਦਾ ਤੂੰ ਕਾਹਤੇ ਜ਼ੋਰ ਲਾਉਂਦਾ ਮੈਂ ਇੱਧਰ ਜ਼ੋਰ ਲਾਉਣ ਲੱਗਾ ਵਾ ਚੱਕ ਪੁੱਠਾ ਜ਼ੋਰ ਲਾਊਗਾ ਚੱਕ ਉੱਪਰੋਂ ਚੱਕਣ ਲੱਗਾ ਵਾ ਉਹਨੂੰ ਵੀ ਪਹਿਲਾਂ ਨੱਟ ਤਾਂ ਖਾਡੂ ਕਿੱਥੇ ਇਹਦਾ ਨੱਟ ਆ ਪਿਆ ਆ ਵੀ ਪਾ ਲਾ ਪਹਿਲਾਂ ਹੁਣ ਇਕੱਠਾ ਹੀ ਪੈ ਜਾਣਾ ਉਹ ਆਪੇ ਪੈ ਜਾਣਾ ਉਹਨੂੰ ਪਾ ਲਿਆ ਬਸ ਪੈ ਗਿਆ ਭਾਜੀ ਆ ਫੜ ਜੂਗੇ ਆ ਨੜਦੇ ਨੂੰ ਸਭ ਔਰ ਅਸੀਂ ਤੋਂ ਬੁਰੇ ਪਾ ਇਹਦਾ ਸੈਟਿੰਗ ਹੀ ਹੋਣੀ ਅੱਜ ਤਾਂ ਇਹਦੀ ਮੰਨ ਲਓ ਸੈਟਿੰਗ ਤਾਂ ਵਿਗੜਾ ਕੱਢੂੰਗੇ ਜੀ ਸੈਟਿੰਗ ਤਾਂ ਹੁਣ ਹੋਣੀ ਹੋ ਇਹਦੀ ਭਾਜੀ ਇੱਕ ਹੋਰ ਕਹਿੰਦਾ ਤਾਂ ਉਹ ਵੀ ਸਾਲਾ ਪ੍ਰੋਜੈਕਟ ਵਧੀਆ ਆਪਣੇ ਵਾਲੀ ਨਾਲ ਦੀ ਆ ਉਹਨੂੰ ਫਾਲਾ ਲੱਗਦਾ ਪਿੱਛੇ ਜੇ ਮਿੱਟੀ ਚੜਾਉਣੀ ਪਰ ਇੰਨੀ ਚੌੜੀ ਆ ਇੱਥੇ ਬੰਦ ਵਾਲਾ ਕੰਮ ਥੋੜੂ ਹੈ ਚੜਨੀ ਨਹੀਂ ਮਿੱਟੀ ਚੜਨਾ ਚੱਲੀਏ ਹਾਂ ਚੱਲੀ ਯਾਰ ਉਹ ਜ਼ੋਰ ਘੱਟ ਲੈਂਦੀ ਉਹਦੇ ਨਾਲ ਫਿਰ ਬਹੁਤ ਹੈ ਜ਼ੋਰ ਘੱਟ ਲੈਂਦੀ ਰੁੜਦੀ ਆ ਇਹ ਜ਼ੋਰ ਕਰ ਲੈਣਾ ਇਹਨੇ ਜਿੰਨਾ ਵੀ ਚੱਲਦਾ ਇਹ ਰੁੜਦੀ ਆ ਧਰਤੀ ਮੈਂ ਉਹ ਧਰਤੀ ਮੈਂ ਜਾਂਦਾ ਤਾ ਗਵਲੇ ਗੰਨਾ ਹੁਣ ਘੱਟ ਚੱਲਣੀ ਆ ਪੋਲੀ ਪੋਲੀ ਜੀ ਲਾ ਦੇ ਬਸ ਆਇਓ ਥੱਲੇ ਥਾਲੀ ਨੂੰ ਮੈਂ ਕਹਿੰਦਾ ਕੱਲ੍ਹ ਇਹਨੂੰ ਤਿੱਖੀ ਕਰਾ ਜਿਹੜਾ ਫਾਲੀ ਆਲੇ ਦੁਆਲੇ ਘੁੰਮਦੀ ਹੈ ਨਾ ਫਾਲੀ ਨੇ ਫਾਲੀ ਨੇ ਘੁੰਮਣੀ ਵੀ ਘੁੰਮਣ ਵੀ ਨਹੀਂ ਦੇਣੀ ਇਹ ਜਿਹੜੀ ਆਲੇ ਦੁਆਲੇ ਜਾਂਦੀ ਨਾ ਉਹ ਫਾਲੀ ਨੇ ਸਿੱਧੀ ਰੱਖਣੀ ਹੈ ਆੜਾ ਇਹ ਸਹੀ ਹੈ ਹਾਂ ਹੈ ਨਾ ਉਹ ਫਾਲੀ ਨੇ ਘੁੰਮਣ ਨਹੀਂ ਦੇਣੀ ਫਿਰ ਇਹ ਫਾਲੀ ਨੇ ਸਿੱਧੀ ਰੱਖਣੀ ਹੈ ਤੀਰ ਮੰਗਣਾ ਸਮਝਿਆ ਚੱਲ ਓਹੋ ਪਾਣੀ ਹੋਰ ਪਦੇ ਬਈ ਮਾਸੜ ਆ ਗਿਆ ਹੁਣ ਮਾਸੜ ਜੁੜ ਗਿਆ ਉਧਰ ਗੱਡੀ ਆ ਦੇਖਦਾ ਅੱਗੇ ਕੋਹਲੀ ਘੁੰਮ ਗਈ ਠੀਕ ਆ ਵਧੀਆ ਹੈ ਵਧੀਆ ਜਿਹੜਾ ਗੱਬੇ ਆ ਜਗ੍ਹਾ ਰਹਿੰਦੀ ਚ ਕੋਹਲੀ ਘੁਮਾ ਦੇਣੀ ਮਤਲਬ ਘੁਮਾਉਣੀ ਸੌਖੀ ਆ ਹੋਰ ਨਹੀਂ ਸਾਰੇ ਚ ਕੋਹਲੀ ਘੁਮਾਉਣ ਔਖੀ ਲੱਗਦੀ ਆ ਆ ਦੇਖ ਲਾ ਘੁਮਾ ਸੀ ਸਾਈਡਾਂ ਸਾਈਡਾਂ ਦੇ ਮੈਂ ਐ ਬਣ ਗਿਆ ਹੁਣ ਜੇ ਗੋਡਿਆਂ ਦਾ ਗੋਰੀ ਗੋਡਿਆਂ ਦਾ ਸਾਰਾ ਬਣ ਗਿਆ ਬਣਦਾ ਹੈ ਨਾ ਐਨ ਕੋਹਲੀ ਗੁੱਟ ਲਾ ਦੂੰਗਾ ਵਾਲਾ ਇਹਦਾ ਇਹ ਚ ਕੱਖ ਘੱਟ ਆ ਉਰੇ ਉਹ ਚ ਪਾ ਲਾ ਗੋਬੇ ਕੱਖ ਜ਼ਿਆਦਾ ਚਲੋ ਸੈਟਿੰਗ ਕਰਾਉਂਦੇ ਜੀ ਸਾਡੀ
ਬਾਈ ਜਿਹੜਾ ਸਿਸਟਮ ਹੈ ਦਮੀ ਵਾਲਾ ਹੈ ਬਹੁਤ ਵਧੀਆ ਵੇਖ ਰਹੇ ਬਚਣ ਦੀ ਥੋੜ੍ਹੀ ਜਿਹੀ ਲੋੜ ਹੈ ਬਹੁਤਾ ਵੀ ਨਹੀਂ ਪੰਜ ਸੱਤ ਕਿਲੋ ਦੀ ਲੋੜ ਹੈ ਪੰਜ ਸੱਤ ਕਿਲੋ ਬਚਣ ਦਸ ਕਿਲੋ ਹੋਵੇ ਹਾਂ ਦਸ ਤੱਕ ਲਾ ਲਓ ਯਾਰ ਫਿਰ ਤਾਂ ਵੀ ਬੁੜਕੂਗੀ ਨਹੀਂ ਬੁੜਕੂਗੀ ਨਹੀਂ ਹੈਗੀ ਇੱਕ ਇਹਦੇ ਬਾਅਦ ਮੁੰਡਾ ਖੇਤ ਹੈ ਜਿਵੇਂ ਫੜੰਗੇ ਛੋਟੇ ਛੋਟੇ ਇਹਦੇ ਪਹਿਲੇ ਗੰਨੇ ਦੇ ਜਿਹੜਾ ਵਜਨ ਦਾ ਫਰਕ ਹੈ ਉਹ ਪਿਛਲੇ ਨੂੰ ਬੰਦੇ ਨੂੰ ਫਾਇਦਾ ਉਹਨੂੰ ਫਾਇਦਾ ਹੈ ਉਹਨੂੰ ਫਾਇਦਾ ਹਾਂ ਨਹੀਂ ਉਹਨੂੰ ਦੱਬਣੀ ਪੈਂਦੀ ਹੈ ਉਹਨੂੰ ਦੱਬਣੀ ਪੈਂਦੀ ਹੈ ਹੁਣ ਇਹਦੇ ਕੰਟਰੋਲ ਰੱਖਣੀ ਹੈ ਫੇਰ ਕੰਟਰੋਲ ਰੱਖਣੀ ਹੈ ਹਾਂ ਵੀ ਫਰ ਚੀਜ਼ ਬਹੁਤ ਵਧੀਆ ਜ਼ੋਰ ਜਮਾ ਹੀ ਲੱਗਦਾ ਹੈਗਾ ਇਹਦੇ ਮੈਂ ਵੇਟ ਰੱਖਦੇ 10 15 ਕਿਲੋ ਦਾ ਇੱਕ ਹੋਰ ਹੈ ਹੁਣ ਇਹ ਗੱਗੇ ਦੇ ਵੀ ਚੱਲਦੀ ਸੀ ਮੇਰੇ ਕੋਲ ਵੀ ਚੱਲਦੀ ਹੈ ਮੈਂ ਕਹਿੰਦਾ ਵੀ ਘੱਟੋ ਘੱਟ ਸਾਡਾ ਪਿਛਲੀਆਂ ਦੇਖੀ ਮਾੜਾ ਜਾ ਇਹ ਨਾ ਇੱਥੇ ਲੋਡ ਪਾਊਗੀ ਦੱਬੂਗੀ ਥੱਲੇ ਨੂੰ ਇਹਨੇ ਟਾਇਰ ਦੱਬਣਾ ਹਜੇ ਆਖਣਾ ਇਹਦਾ ਕਹਿੰਦਾ ਦੱਬਣਾ ਪਿੱਛੇ ਦੱਬ ਕੇ ਰੱਖੀ ਮਾੜਾ ਉਹ ਦੱਬਣਿਆ ਤੇ ਕੰਮ ਫਿਰ ਉਹੀ ਹੋ ਗਿਆ ਉੱਥੇ ਲੋਡ ਆਉਂਦਾ ਇਹ ਅਸੀਂ ਦੇਖ ਲਿਆ ਹਾਂ ਚੱਕ ਕੇ ਦੇਖ ਲੈ ਇੱਕ ਵਾਰ ਉਹ ਦੇਖ ਲਾ ਮੈਂ ਜਿੱਥੇ ਮਾਤੀ ਗੱਲ ਆ ਬਾਈ ਇੱਥੇ ਨਹੀਂ ਲੋਡ ਆਉਣਾ ਇਹਨੂੰ ਥੱਲੇ ਲੋਡ ਆਉਣਾ ਆਪਾਂ ਦੱਬਣੇ ਵਾਲਾ ਕੰਮ ਕਰਕੇ ਦੇਖਣਾ ਚੱਲ ਦੇਖ ਮਾੜਾ ਜਾ ਆ ਰੱਸੀ ਚੱਕ ਉੱਪਰ ਵਾਲੀ ਇਹ ਲੈ ਹਾਂ ਕਰ ਜਾ ਹੁਣ ਬਰਾਬਰ ਕਰ ਲੈਂਦੇ ਇੱਕ ਮਿੰਟ ਚੱਲ ਤਾਂ ਜ਼ੋਰ ਬਹੁਤਾ ਨੀ ਲੱਗਦਾ ਹੈਗਾ ਊ ਐ ਮਹਿਸੂਸ ਹੁੰਦਾ ਵੀ ਹੈਗਾ ਵੀ ਖਿੱਚਦੇ ਆ ਕੁਛ ਉਹਦੀ ਗਰਮੀ ਜੀ ਆਉਂਦੀ ਆ ਸਰੀਰ ਨੂੰ ਥਕਾਵਟ ਨੀ ਹੁੰਦੀ ਹੈਗੀ ਥੱਕਦਾ ਨੀ ਥਕਾਵਟ ਨੀ ਹੈਗੀ ਜਿਹੜੀ ਉੱਪਰ ਦੀ ਉਹ ਫਾਲੀ ਜੇ ਲੱਗ ਗਈ ਪਿੱਛੇ ਉਹ ਫਾਲੀ ਨਾ ਫਾਲੀ ਨਾ ਫਿਰ ਉੱਪਰ ਨੀ ਦੇਣੀ ਇਹ ਫਾਲੀ ਲੱਗਦੀ ਵੀ ਕਰਦੀ ਫਾਲੀ ਚੱਕ ਹੁੰਦੀ ਵੀ ਕਰਕੇ ਲਿਆਓ ਪਹਿਲਾਂ ਹਾਂ ਹਾਂ ਇਹਨਾਂ ਉਹ ਪੱਕੀ ਫਿਕਸ ਕਰਾ ਲਿਆਓ ਨਾ ਨਾ ਫਾਲੀ ਚੱਕ ਹੋਵੇ ਐਂ ਪਿੱਛੇ ਨੂੰ ਹਾਂ ਸਮਝ ਦੋ ਪੱਤੀਆਂ ਦੇ ਵਿੱਚ ਫਾਲੀ ਲੱਗਦੀ ਹੋਵੇ ਲੇਕਿਨ ਆਪਣਾ ਸਵਾਗੇ ਨੂੰ ਫਾਲੀਆਂ ਲੱਗਦੀਆਂ ਦੀਆਂ ਆਹੋ ਜਿੱਕਣਾ ਹੁਣ ਮੇਰੀ ਗੱਲ ਸੁਣ ਇਹ ਬਹੁਤ ਵਾਲੇ ਦਵੀਆਂ ਵਾਲਾ ਕੰਮ ਆ ਰਹੇ ਆਹ ਨਾ ਬਹੁਤ ਵਾਲੇ ਦਵੀਆਂ ਵਾਲਾ ਕੰਮ ਦੇਖ ਲੈ ਯਾਰ ਉਹੀ ਚੀਜ਼ ਆ ਉਹੀ ਕੀ ਆ ਇੱਥੇ ਫਾਲਾ ਹੁੰਦਾ ਤੈਨੂੰ ਉਦੋਂ ਫਾਲਾ ਹੁੰਦਾ ਹੈਗਾ ਬਈ ਕਿਤੇ ਵੀ ਸੀਟ ਨਹੀਂ ਹੈਗੀ ਉਹ ਬਹੁਤ ਵਾਲੀ ਉਹਦੇ ਵੀ ਸੀਟ ਹੁੰਦੀ ਸੀ ਬੰਦਾ ਬੈਠੇ ਨੂੰ ਬੰਦਾ ਬੈਠਣ ਸੀਟ ਹੁੰਦੀ ਤੂੰ ਆਇਆ ਅਸੀਂ ਉਹ 37.5 ਦੇ ਟਰੈਕਟਰ ਪਾਉਂਦੀ ਸੀਟ ਹੋਈ ਸਮਝ ਆ ਬਾਹੇ ਆ ਬਾਈ ਹੋਰ ਆ ਇਹ ਜਗਾੜ ਰੋਡਰ ਹੈ ਜੀ ਜਗਾੜ ਬਾਈ ਬਹੁਤ ਵਧੀਆ ਬਹੁਤ ਵਧੀਆ ਜੋਰ ਨਹੀਂ ਲੱਗਦਾ ਇਹਨੂੰ ਹਾਂ ਡੀਜ਼ਲ ਖਾਤਰ ਦਾ ਬਹੁਤ ਵਧੀਆ ਚੀਜ਼ ਆ ਇਹ ਸਬਜ਼ੀ ਭਾਤੀ ਖਾਤਰ ਵੀ ਬਹੁਤ ਵਧੀਆ ਰਾਜੇ ਨਾਲੇ ਹਲੇ ਨਵੀਂ ਐ ਤਵੀਆਂ ਦਾ ਮੂੰਹ ਬਣਦੇ ਮੜਾ ਜਾ ਮੂੰਹ ਨਹੀਂ ਬਣੇ ਜਾਂ ਮੂੰਹ ਬਣ ਗਿਆ ਜਾਂ ਦੇਖੀ ਨੂੰ ਤਾਂ ਦੇਖੀ ਟਿੱਕੇ ਹੋ ਜਣਾ ਇਹਨਾਂ ਨੇ ਫਿਰ ਫੇਰ ਟਿੱਕੇ ਹੋ ਜਣਾ ਜਿਹੜਾ ਗੰਨੇ ਦਾ ਪੋਕਾ ਨੇੜੇ ਆਉਂਦਾ ਉਹ ਤਾਂ ਕਰ ਰਿਹਾ ਕਰਦ ਮੰਗਣਾ ਐ ਮਾਰਦੇ ਕੱਟ ਕੇ ਹਾਂ ਕੱਟ ਕੇ ਮਾਰ ਦੇ ਇਹਦੇ ਵੀ ਆਈ ਦਾ ਮਾਰਦਾ ਲਪੇੜ ਚ ਜਿਹੜੇ ਤਵੀਆਂ ਐ ਟੇਡੀਆਂ ਕਰੇ ਮੈਨੇ ਤਾਂ ਬਹੁਤ ਫਰਕ ਹੈ ਲੱਕ ਬਰਾਬਰ ਹੋਰ ਦੱਸਦਾ ਮੈਂ ਇਹਦੇ ਫਰਕ ਕਾਹਦਾ ਇਹ ਫਰਕ ਤੋਰੇ ਦਾ ਫਰਕ ਹੈ ਹਾਂ ਇਹ ਗੱਗਾ ਥੋੜਾ ਜਿਹਾ ਹੌਲੀ ਚੱਲਦਾ ਤਾਂ ਉਹ ਮਿੱਟੀ ਨੂੰ ਉੱਠੀ ਰੱਖ ਛੱਡਦੀਆਂ ਦੀਆਂ ਇਹ ਥੋੜੀ ਜਿਹੀ ਨੇੜੇ ਕਰਦੀਆਂ ਜਿੰਨਾ ਤੇਜ਼ ਉਹਨਾਂ ਬਰੀਕ ਵੀ ਕਰਦੀਆਂ ਕਰਦੇ ਹੁਣ ਘੁਮਾਉਣੀ ਵੀ ਦੂਰੀ ਪੈ ਗਈ ਸਿਆੜ ਚ ਹਾਂ ਕੱਲੂ ਘੁੰਮੂਗੀ ਕਹਿਰੀ ਘੁੰਮੂਗੀ ਕੱਲੂ ਦੇਖ ਲਈ ਕਿਤੇ ਜ਼ਿਆਦਾ ਨਾ ਖੋਲ ਲਈ ਨਹੀਂ ਮਾੜੀ ਮਾੜੀ ਖੋਲਣੀ ਹੈ ਹਾਂ ਕਹਿਰੀ ਘੁੰਮੂਗੀ ਆਰ ਹੁਣ ਮੇਰੀ ਗੱਲ ਸੁਣ ਲਾ ਬੀਜਾ ਨਿਕਲ ਗਿਆ ਨਹੀਂ ਦੋ ਬੀਜਾ ਨਿਕਲ ਜਾਣਾ ਤਾਂ ਇਹ ਵੀ ਫਰਕ ਪੈਂਦਾ ਗੱਲ ਦੂਰੀ ਘੁਮਾਉਣੀ ਪੈਂਦੀ ਹੈ ਫਰਕ ਤਾਂ ਪੈਣਾ ਹੀ ਹੈ ਹਾਂ ਹੁਣ ਮੁੜ ਕੇ ਉਹੀ ਸਿਆੜ ਵਿੱਚ ਆਉਣਾ ਕਿੱਥੇ ਦੂਆ ਸਿਆੜ ਦੇ ਕੇ ਜਾਣਾ ਹੁਣ ਲੱਗਣਾ ਇਹਨੂੰ ਖਾਲਾ ਹਾਂ ਇੱਕ ਇਹਦੀਆਂ ਦਰੀਆਂ ਮੜੀਆਂ ਉਂਗਲ ਦੋ ਦੋ ਉਂਗਲ ਚੌੜੀਆਂ ਕਰਨੀਆਂ ਪੈਣੀਆਂ ਬਸ ਫਾਲਾ ਵੀ ਬਣਾ ਕੇ ਲਾਇਓ ਛੋਟਾ ਫਾਲੀ ਹੋਈ ਉਹਦਾ ਬਣਾਉਣਾ ਛੋਟਾ ਜਿਹਾ ਬਣਾ ਕੇ ਉਹਨੂੰ ਕਹਿਣਾ ਯਾਰ ਵਧੀਆ ਚੀਜ਼ ਬਣਾ ਦੇ ਠੀਕ ਨਹੀਂ ਗੱਲ ਜਿਹੜਾ ਜਗੇ ਤਵੀਆਂ ਗਏ ਲੱਗੇ ਹਾਂ ਸਿਰ ਹੀ ਆ ਜਾ ਸਿਰ ਹੀ ਆ ਮਹਾਰਾਜ ਇਹਨੇ ਇਹਨੇ ਆ ਸਿਰਾਂ 'ਚ ਆ ਚਾਰ
ਦੂਏ ਜਾਣਾ ਤਾਂ ਇਹ ਨਹੀਂ ਜਾਣਾ ਤੂੰ ਵੀ ਹਿੱਲ ਗਿਆ ਲੁੱਕਾ ਪੈ ਜਾਂਦਾ ਬਾਈ ਜੋਰ ਉਹੀ ਪਿੱਛੇ ਬੇਸੁਰਾ ਮਾਰਦਾ ਜੋ ਤੂੰ ਹੀ ਬੇਸੁਰਾ ਮਾਰਦਾ ਕਈ ਵਾਰ ਸਾਡਾ ਲੱਕ ਫ੍ਰੀ ਕਰ ਦਿੰਦਾ ਫਿਰ ਸਾਨੂੰ ਵੀ ਝੂਟਾ ਲਵਾਦਾ ਸਾਨੂੰ ਫ੍ਰੀ ਜੇ ਹੋ ਜੇ ਜੇ ਇੱਕ ਜਗ੍ਹਾ ਚੱਲੀ ਜਾ ਫਿਰ ਟਿਕਾ ਚੱਲੀ ਜਾਂਦਾ ਲੈ ਹੁਣ ਪਤਾ ਨਹੀਂ ਲੱਗਦਾ ਆਰਾਮ ਜਾ ਰਿਹਾ ਮੈਨੂੰ ਜਗ੍ਹਾ ਫ੍ਰੀ ਹੁੰਦਾ ਜਗ੍ਹਾ ਫ੍ਰੀ ਹੁੰਦਾ ਉਦੋਂ ਰੱਸੀ ਸਾਂਭ ਜਾਂਦਾ ਪਹਿਲਾਂ ਜੋਰ ਵੀ ਲਾਉਂਦਾ ਪਿੱਛੇ ਤੇ ਦੱਬਦਾ ਨਹੀਂ ਹੁਣ नबेड़ा जी बीघे का करता भी तविया चलिया बहुत वधिया बाकी नुकसान चला के पता लगता चीज का भी क्या कुछ है एक तो थोड़ी जी खुलनी है थोड़ी जगह छड़दियां बिच ये डबल गेड़ा लियाना पैंदा ਜਿਕਣਾ ਹੁਣ ਬੀਘਾ ਗੁੱਡਿਆ ਦੋ ਬੀਘੇ ਗੁੱਡ ਹੋ ਜਾਣ ਉਹਦੇ ਗੱਲ ਸ਼ਿਆਰ ਦੇ ਲੱਗਣ ਦੇ ਖੋਲਣ ਕਰਕੇ ਨਾ ਇੱਥੇ ਇੱਥੇ ਤੇ ਗੱਬੇ ਇੱਕ ਫਾਲੀ ਲੱਗਦੀ ਕਰੋ ਇੱਥੇ ਕਾ ਨਹੀਂ ਫਾਲੀ ਲੱਗਦੀ ਛੋਟੀ ਹਾਂ ਇੱਕ ਗਲੀ ਇੱਥੇ ਕਢਾ ਲੈਣੀ ਇੱਧਰ ਨੂੰ ਬਾਹਰ ਨਿਕਲੇ ਹੋਣਾ ਇਹਨਾਂ ਨੇ ਹਾਂ ਇੱਥੇ ਗਲੀ ਕਢਾ ਦੇਣੀ ਇੱਥੇ ਨਾ ਨਾ ਠੀਕ ਹੈ ਇੱਕ ਇੱਧਰ ਕਢਵਾ ਦੇਣੀ ਇੱਧਰ ਬਾਹਰ ਆ ਜਾਣਾ ਇਹਨਾਂ ਨੇ ਜਿਹੜੀ ਫਾਲੀ ਲੱਗਣੀ ਨਾ ਉਹ ਇੱਥੇ ਜਾ ਕੇ ਡਬਲ ਹੋਵੇ ਇਹਦੇ ਵਿੱਚ ਸਿੰਗਲ ਫਸਦੀ ਹੋਵੇ ਉਹ ਚੱਕ ਵੀ ਹੁੰਦੀ ਹੋਵੇ ਕੀਲੀ ਫਸਦੀ ਹੋਵੇ ਵਿੱਚ ਉਹਦੇ ਕੀਲੀ ਦਾ ਜਗੜ ਕਰਨਾ ਹਾਂ ਉਹ ਪੱਕੀ ਨਹੀਂ ਫਿਕਸ ਹੋਣੀ ਚਾਹੀਦੀ ਹੈਗੀ ਚੱਕ ਵੀ ਦੀ ਕਰੀ ਚੱਕ ਵੀ ਹੋਵੇ ਉਹ ਜਦ ਲਾਉਣੇ ਜਾਂ ਲੱਗ ਵੀ ਕਾਲੂ ਲਵਾ ਕੇ ਲਿਆਉਣੀ ਉੱਥੇ ਤੈਨੂੰ ਨਾਲ ਲੈ ਕੇ ਜਾਉਂ ਜਿੱਦਾਂ ਮਰਜ਼ੀ ਕਰਾ ਲਈ ਹਾਂ ਉਹ ਤਾਂ ਇਹਨੂੰ ਦੱਸਾਂ ਵੀ ਚੱਕ ਹੁੰਦੀ ਆ ਤਾਂ ਇਹ ਥੋੜਾ ਬੁਸ਼ਾ ਵਾਲਾ ਹੀ ਕੰਮ ਹੈ ਯਾਰ ਹੈ ਬੈਰਿੰਗ ਵਾਲਾ ਥੋੜਾ ਬੁਸ਼ ਬੈਰਿੰਗ ਥੋੜਾ ਇਹਨੂੰ ਬੁਸ਼ ਹੈ ਬੁਸ਼ ਹੈ ਬੁਸ਼ ਹੈ ਇਹਨੂੰ ਬੁਸ਼ ਹੈ ਬੁਸ਼ ਬੁਸ਼ ਹੈ ਬੁਸ਼ ਹੈ ਨਾਡੇ ਪਾਇਆ ਵੇ ਯਾਰ ਹੁਣ ਤੈਨੂੰ ਤੇਲ ਪਾਉਣਾ ਪੈਂਦਾ ਜੀ ਇਹਦਾ ਠੀਕ ਹੈ ਫਿਰ ਹਾਂ ਲੱਗ ਗਿਆ ਮੜਮੜਾ ਚਮਕੜ ਮੂੰਹ ਜਾਂ ਬਣ ਜਾਣਾ ਹਲੇ ਮੂੰਹ ਵੀ ਬਣੇ ਹੈਗੇ ਨਾ ਇਹ ਬਾਕੀ ਰੱਸੀ ਵਾਲਾ ਕੰਮ ਬਾਈ ਕਰਨਾ ਪੈਣਾ ਇਹਦਾ ਉਰੇ थले लग 15 किलो वाला वेट भी कल फिट करा दे फिर होर लगूंगी ठीक है आहो ज्यादा ज्यादा वेट ना फिट कराई 14 किलो वजन हो जो प्लेट है वो लंबी हो बस आयो आहो फिर 14 किलो वाला करा ले या प्लेट लगी भी है 14 किलो हो जाना राजे 14 वाला ठीक है 14 भी हो जाना वो भी खुला रखियो खुला ही रखना है नट बोल्ट पाऊंगा छड़ बेल्ट ना करा दे उनो नट बोल्ट हां नट बोल्ट लादा कर दे उनो फिर बंदा कंट्रोल ले रखूगा फिर पिछले बंदे दा जोर बहुत घट जाना भाई हां बोलले हुन लगदा ही नहीं तकदा फिर उनो कंट्रोल ही रखना करके भी इधर उधर ना जावे बस पटाई दा यार मासड़ बहुत करूंगीयां ओ किथे तक पत्ती आ यार नहीं नहीं पटाई करूंगीयां पटाई दा ਉਹ ਤਵੀਆਂ ਦੇਖਦਾ ਤੋਂ ਬੜਦਾ ਇੱਕ ਕਣਾ ਕਰਦੇ ਆ ਤੇ ਉਹੀ ਚੀਜ਼ ਆ ਇਹ ਉਹੀ ਇਹਦੇ ਮੂੰਹ ਵੀ ਨਹੀਂ ਬਣੇ ਯਾਰ ਹਲੇ ਮੂੰਹ ਵੀ ਨਹੀਂ ਬਣੇ ਹੈਗੇ ਮੂੰਹ ਬਣ ਜਾਣਦੇ ਉਹ ਤਾਂ ਖੇਤ ਬੀਜਦੇ ਆ ਉਹ ਆਹੀ ਜੀਤੀਆਂ ਅੰਦਰ ਨੂੰ ਚੱਲਦੀਆਂ ਦੀਆਂ ਹਾਂ ਇੱਕਨੇ ਤਿੰਨ ਉਹ ਵੀ ਤਿੰਨ ਤਿੰਨ ਦੀਆਂ ਆਲ ਵਾਲੇ ਤਿੰਨ ਤਿੰਨ ਹੁੰਦੀਆਂ ਪਿੱਛੇ ਫਾਲੀ ਹੁੰਦੀ ਦੋਨਾਂ ਦੇ ਯਾਨੀ ਉਹਦੇ ਬਰੇ ਦਾ ਵੀ ਜਿਹੜਾ ਗਡਵਾਨ ਤਾਂ ਉਹਨੂੰ ਤੁਰਨੇ ਦੀ ਜਗ੍ਹਾ ਤੇ ਨਾ ਉੱਪਰ ਜਿਹੇ 37 ਟਰੈਕਟਰ ਨੂੰ 27 ਦਾ ਸੀਟ ਹੁੰਦੀ ਸੀ ਤਸਲੇ ਜੇ ਭਰ ਗਈ ਉਹ ਲੱਗੀ ਹੁੰਦੀ ਉਹ ਲੱਗੀ ਰਿਪਰ ਬੈਠਣੇ ਨੂੰ ਬੰਦੇ ਨਾ ਬੈਠ ਜੇ ਬੰਦੇ ਨਹੀਂ ਬੈਠਣਾ ਤਾਂ ਥੈਲੇ ਰੱਖ ਦਿੰਦੇ ਭਰ ਕੇ ਹਾਂ ਜੇ ਥੈਲੇ ਰੱਖ ਦਿੰਦਾ ਤਾਂ ਤੁਰੀ ਜਾਂਦਾ ਬੰਦਾ ਗਿਆ ਹੋਰ ਪਰ ਜਦ ਬਾਈ ਪੱਕੇ ਦੇ ਬੰਦੇ ਤੁਰੀ ਜਾਂਦੇ ਨੇ ਸਾਰੇ ਜਾਂ ਤਾਂ ਉਹਨਾਂ ਨੇ ਦੇਖ ਲੈ ਦੋ ਵਤੇ ਹਲ ਜੋੜ ਦੇਣੇ ਆ ਕੇ ਇੱਕ ਤੂੜੀ ਵਟਾਉਣੀ ਆ ਤੂੜੀ ਹੁਣ ਢੋ ਦੀਏ ਤੂੜੀ ਯਾਰ ਤੈਨੂੰ ਕੱਲ ਬੰਦੇ ਕਹਦੇ ਠੇਕੇ ਨੂੰ ਕਹਿੰਦੇ ਕਿਹੜਾ ਉਹ ਲੇਬਰ ਆਪਣੀ ਪੰਜਾਬੀ ਉਹ ਯਾਰ ਪੱਲੀਆਂ ਵੀ ਦੇਖਣੇ ਪੈਣੀ ਪੱਲੀਆਂ ਤੇਰੇ ਕੋਲ ਕਾਏ ਮੇਰੇ ਕੋਲ ਰਾਤਕ ਪੱਲੀਆਂ ਉਹਦੇ ਵਿੱਚ ਹਲੇ 8 ਬੰਨੀਆਂ ਮੇਰੇ ਸਾਹਮਣੇ ਪਈਆਂ ਪੱਲੀਆਂ ਦਾ ਬੜਾ ਔਖਾ ਵਾਲਾ ਪੱਲੀਆਂ ਮੈਂ 20 ਬਣਾਈਆਂ ਤੀਆਂ 20 ਮੈਂ ਤਾਂ ਥੋੜੀ ਰਹਿ ਗਈ ਹੁਣ ਹੁਣ ਤੂੰ ਬੈੱਡ ਵਾਲੇ ਫਿਰ ਦਕੰਮਣ ਹੋ ਜਾਣੇ ਨੇ ਉਹ ਯਾਰ ਤੇਰਾ ਦਕੰਮਣ ਦਾ ਕੰਮ ਨਹੀਂ ਹੈਗਾ ਤੂੰ ਉਥੇ ਪਾ ਕੇ ਬੈੱਡ ਵਾਲੇ ਜਗੇ ਰਹੇ ਸੀ ਤਾਂ ਤਾਰ ਨਹੀਂ ਹੋਏ ਇੱਥੇ ਕਿਹੜੇ ਪੰਡਾਉ ਕਰਨੀ ਹੈ ਕਿਤੇ ਅੰਦਰ ਇੱਥੇ ਸਿਰ ਪਰ ਚੱਕ ਕੇ ਜਾਣੀ ਹੈ ਕਿੱਥੇ ਅੰਦਰ ਅੰਦਰ ਤਾਂ ਉੱਪਰ ਛੱਡਣੀ ਹੋਣੀ ਹੁਣ ਆ ਤੇਰੇ ਵਾਲੀ ਉੱਪਰ ਗਿਰਨੀ ਕਰਮਜੀਤ ਦੇ ਸੱਤੋਂ ਗਿਰਨੀ ਹੈ ਕਰਮਜੀਤ ਵੀ ਉੱਪਰੇ ਗਿਰਨੀ ਆ ਹੁਣ ਚੱਲ ਦੇਖਦਾ ਹੈ ਕਿਤੇ ਪਾਪਾ ਸਤਤ ਕਰਕੇ ਗਾਹਨ ਪੱਲੀਆਂ ਫੇਰ ਬਣਾਉਣੀ ਆ ਬਣਾਉਣੀ ਪੈਣੀ ਹੁਣ ਬੂਟਿਆਂ ਵਾਲੀ ਕੋਈ ਢੋਣੀ ਪਈ ਕਰਨੀ ਅੱਗੇ ਲੋੜ ਨਹੀਂ ਤੇ ਨਾ ਪੈਂਦੀ ਹੁਣ ਬੂਟਿਆਂ ਦੀ ਤੂੜੀ ਆ ਗਾਹਨ ਵੀ ਅੱਗੇ ਸਾਰੇ ਉਹਦੇ ਲਾ ਢਵਾਈ ਹੋਇਆ ਕਰਦੀ ਜਾਂ ਥ੍ਰੈਸ਼ਰ ਦੀ ਕੱਢਦੇ ਹੁਣ ਲੱਗੀ ਵੱਢ ਹੁਣ ਥੈਲੇ ਲੈ ਆ ਕੇ ਨਾ ਪੋਲਟਰੀ ਫਾਰਮ ਤੇ ਚਾਰ ਥੈਲੇ ਦੀ ਪੱਲੀ ਬਣਦੀ ਉਹਦੀ ਕੰਮ ਦੀ ਹਾਂ ਪੋਲਟਰੀ ਫਾਰਮ ਤੇ ਲਿਆਉਂਗਾ ਵਧੀਆ ਹੁਣ ਰੇ ਵਾਲਿਆਂ ਦੇ ਵੀ ਨਹੀਂ ਬਣਦੀ ਹੈਗੀ ਇਹ ਥੈਲੇ ਵੀ ਛੋਟੇ ਹੋ ਗਏ ਇਹ ਛੋਟੇ ਹੋ ਗਏ ਤੇ 5 ਦੀ ਬਣਦੀ ਹੈ ਇਹ 5 ਦੀ ਬਣਦੀ ਹੈ ਉਹ 5 ਦੀ ਸਾਨੂੰ ਬਣਾਉਣੀ ਚਾਹੁੰਦੀ ਹੈਗੀ ਉਹ ਜਿਹੜੇ ਬਣਾਉਂਦੇ ਉਹੀ ਬਣਾ ਸਕਦੇ ਭਾਈ ਅੱਧਾ ਲੱਗ ਜਵੇ ਨਾ ਥੈਲਾ ਉਹਦੇ ਨਾਲ ਹਾਂ ਫਿਰ ਬਣ ਜੀ ਮੈਂ ਬਣਾਈਆਂ ਦੀਆਂ ਇਹਨੂੰ ਲੈ ਜਿਓ ਮਾਸੜ ਹੁਣ ਟਾਇਰ ਵੀ ਵਧੀਆ ਥਾਲੀ ਨੂੰ ਹਵਾ ਦਾ ਹੂਗਾ ਦਾ ਚੱਕਰ ਨਹੀਂ ਕੋਈ ਨਾ ਠੀਕ ਹੈ
चलो ठीक है जी, बाकी दिखाउंदे आ कल फाली ला के चला के भी किकड़ा सैटन वाले खोलांगे थोड़ी जी बाहर भी एक सियाड च एक गेड़ा जिहड़ा आ जावे उहदा नजारा लग गए नाले दुगड़ा निकल जाता बीघा निकले यार नहीं दो बीघे निकल जाना निकल जाने है कि नहीं उन्होंने ठीक है लाइन ही पता लगना चाहिए दिखाऊंगे कल अगला ब्लॉग बना के थानू फालियां लाके दा नाले जोर दसा कि किन्ना क लगदा एक जड़ी फाली लागी ना पिछे लगे उन्हें अलग घूमन नहीं देनी घूमन देनी सीधी रहूगी ਜਿਹੜੇ ਜਿਹੜੀ ਗੱਬੇ ਡੌਲ ਲਾਉਂਦੇ ਉਹ ਵੀ ਖੜਾ ਦੇਣੇ ਉਹ ਵੀ ਖੜਾ ਦੇਣੀ ਗੱਬੇ ਖੜਾ ਦੇਣੇ ਬਰਾਬਰ ਸੈੱਟ ਕਰ ਦੇਣਾ ਇਹਨੇ ਇਹ ਗੱਬੇ ਇਕੱਠੀ ਕਰਦੀ ਆ ਉਹਨੇ ਬਰਾਬਰ ਕਰ ਦੇਣਾ ਪਿਆ ਹੈ ਠੀਕ ਹੈ ਨਾ ਚਲੋ ਠੀਕ ਆ ਜੀ ਮਿਲਦੇ ਕਿਸੇ ਅਗਲੇ ਬਲੌਗ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਚੱਲੀਏ ਕੱਲ ਬਾਈ Thank you.